ਅਤੇ ਕੋਸ਼ਿਸ਼ ਇਹ ਕੀਤੀ ਹੈ ਕਿ ਰੋਜ਼ਾਨਾ ਕਦੀ ਛੁੱਟੇ ਮੈਂ ਕਿ ਇਤਨੀ ਦੇਰ ਹੋ ਗਈ ਮੈਂ ਰੋਜ਼ੇ ਰੱਖਦੇ ਹਾਂ, ਰੋਜ਼ੇ ਕਬੂਲ ਕਿੰਨੇ ਹੋਏ ਨੇ। ਨੌਜਵਾਨ ਦੀ ਵੀ ਗਰਦਨ ਛੁੱਕ ਗਈ। ਮੈਂ ਇੱਕ ਤਾਜੇ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਜ਼ਕਾਤ ਕਦੀ ਕੋਸ਼ਿਸ਼ ਕਰੀ ਦੀ ਕਿ ਆਪਣੇ ਕਰੀਮ ਆਕਾ ਦੇ ਫਰਮਾਨ ਨੂੰ ਪੂਰਾ ਕੀਤਾ ਜਾਏ ਔਰ ਆਪਣੇ ਮਾਲ ਨੂੰ ਪਾਕ ਰੱਖਿਆ ਜਾਏ? ਤੋ ਮੈਂ ਜ਼ਕਾਤ ਦਿੰਦਾ ਰਹਿੰਦਾ। ਮੈਂ ਕਿਹਾ ਕਬੂਲ ਹੋ ਗਈ? ਉਹਨੇ ਕਿਹਾ ਇਹ ਯਕੀਨ ਨਹੀਂ। ਹਾਜੀ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਕਦੋਂ ਗਏ ਸੀ ਵਕਤ ਤੇ? ਉਹਨੇ ਕਿਹਾ ਜੀ ਉਦੋਂ ਗਿਆ ਸਾਂ ਜਦੋਂ ਮੈਂ ਜਹਾਜ਼ ਜਾਂਦਾ ਸੀ ਨਾ ਗੱਡੀ ਜਾਂਦੀ ਸੀ। 6 ਮਹੀਨੇ ਪੈਦਲ ਲੱਗੇ ਜਾਣ ਤੇ 6 ਲੱਗੇ ਆਉਣ ਤੇ। ਮੈਂ ਕਿਹਾ 6 ਤੁਰਦੇ ਗਏ, 6 ਤੁਰਦੇ ਆਇਓ। ਫਿਰ ਉੱਥੇ ਵੀ ਮਾਮਲਾ ਸਾਰੇ ਕੀਤੇ ਨੇ, ਕਾਬਤੁੱਲਾ ਦੀ ਜ਼ਿਆਰਤ ਕੀਤੀ ਜੇ, ਜਿਹੜੇ ਸੁਰਖ ਚੁੰਮਿਆ ਜੇ, ਆਪੇ ਦਮ ਦਮ ਪੀਤਾ ਜੇ, ਅੱਜ ਕਬੂਲ ਹੋ ਗਿਆ? ਉਹਨਾਂ ਕਿਹਾ ਗੁਮਾਨ ਹੈ ਪਰ ਯਕੀਨ ਨਹੀਂ। ਅੱਲਾਹ ਕਰੀਮ ਨੇ ਨਮਾਜ਼ ਦਾ ਹੁਕਮ ਦਿੱਤਾ ਪਰ ਆਪ ਨਹੀਂ ਪੜ੍ਹੀ, ਰੋਜ਼ਿਆਂ ਦਾ ਹੁਕਮ ਦਿੱਤਾ ਪਰ ਆਪ ਨਹੀਂ ਰੱਖੇ, ਹਜ ਦਾ ਹੁਕਮ ਦਿੱਤਾ ਪਰ ਆਪ ਨਹੀਂ ਕੀਤਾ, ਜ਼ਕਾਤ ਦਾ ਹੁਕਮ ਦਿੱਤਾ ਪਰ ਆਪ ਨਹੀਂ ਦਿੱਤੀ। ਪਰ ਜ਼ਕਾਤ ਤੇ ਮਿਹਨਤ ਕੀਤੀ ਜਾਂਦਾ, ਇਹ ਜ਼ਕਾਤ ਸਾਰੇ ਸਾਨੂੰ ਆਖੇ ਕਿ ਜਿਹੜਾ ਸਹਿਬੇ ਇਸ ਕਿਤਾਬ ਤੇ ਉਹ ਜ਼ਕਾਤ ਦੇਵੇ ਤੇ ਪਰ ਤੂੰ ਕਿਉਂ ਨਹੀਂ ਦਿੱਤੀ? ਮੇਰੇ ਅੰਦਰ ਤੁਸਾਂ ਨੇ ਜ਼ਕਾਤ ਦਿੱਤੀ। ਫਰਮਾਇਆ ਜ਼ਕਾਤ ਦੇਈ ਦੀ ਇਹ ਹਿਸਾਬ ਨਾਲ। ਮੈਂ ਗੁਜਰਾਤ ਸ਼ਹਿਰ ਦੀ ਤਕਰੀਰ ਕਰਨ ਡਿਆ, ਚਾਕੇ ਚ ਨਹੀਂ ਕਰਨ ਡਿਆ, ਹਜ਼ੂਰ ਦੇ ਗੁਲਾਮਾਂ ਦਾ ਸ਼ਹਿਰ ਹੈ ਔਰ ਸਰਕਾਰ ਦੇ ਇਸ਼ਕ ਦੇ ਨਾਲ ਸਰਸਬਜ਼ੋ ਸ਼ਾਦਾਬ ਸਰਜ਼ਮੀਨ ਹੈ। ਤੇ ਤੁਸੀਂ ਮੁਹੱਬਤ ਨਾਲ ਥੋੜੀ ਦੇਰ ਮੈਨੂੰ, ਮੈਂ ਸਮਝਣਾ ਤੁਸੀਂ ਮੇਰੇ ਤੋਂ ਨਾਰਾਜ਼ ਵੀ ਹੋਵੋਗੇ ਕਿ ਲੇਟ ਆਇਆ, ਲੇਕਿਨ ਸਹੀ ਗੱਲ ਹੈ ਤੁਸੀਂ ਸਾਨੂੰ ਕਈ ਵਾਰੀ ਲੇਟ ਕੀਤਾ, ਅਸੀਂ ਕਦੇ ਨਹੀਂ ਨਾਰਾਜ਼ ਹੋਏ। ਤੇ ਜੇ ਕਦੇ ਮੌਲਵੀ ਨਾਰਾਜ਼ ਹੋ ਗਏ ਹੋਰ ਕੁਝ ਨਹੀਂ, ਬੰਦਿਆਂ ਦੀ ਸਭ ਰੇਤ ਰੱਖਿਆ ਕਰੋ ਯਾਰ। ਹਜ਼ਰਤ ਦੀ ਮਕਾਨ ਤੋਂ ਮੈਂ ਬਾਤ ਕਰਨ ਕਰ ਰਿਹਾ, ਅਰਜ਼ ਕੀਤੀ ਯਾਰ ਦਾ ਸਾਨੂੰ ਹੁਕਮ ਦਿੱਤਾ ਹੈ ਕਿ ਜ਼ਕਾਤ ਦਿਓ ਪਰ ਤੁਸਾਂ ਲਿਖਤੀ। ਫਰਮਾਇਆ ਜ਼ਕਾਤ ਦੇਈਦੀ ਹੈ ਹਿਸਾਬ ਨਾਲ, ਤੇ ਫਰਮਾਇਆ ਤੁਸਾਂ ਕਲਮਾ ਮੇਰੇ ਹਬੀਬ ਦਾ ਪੜਿਆ, ਹੁਣ ਮੈਂ ਤੁਹਾਨੂੰ ਵੀ ਹਿਸਾਬ ਨਾਲ ਦਿਆਂ, ਤੁਹਾਨੂੰ ਤਾਂ ਮੈਂ ਬੇਹਿਸਾਬ ਬਤਾ। ਕਲਮਾ ਮੇਰੇ ਮਹਿਬੂਬ ਦਾ ਪੜਿਆ ਤੂੰ ਜ਼ਕਾਤ। ਹਜ਼ਰਤ ਦੀ ਮਕਾਰ ਸਾਰਾ ਹੁਕਮ ਦਿੱਤਾ ਲੇਕਿਨ ਆਪ ਨਹੀਂ ਕੁਛ ਕੀਤਾ। ਅਰਜ਼ ਕੀਤੀ ਯਾ ਅੱਲਾ ਕੋਈ ਇੰਨੀ ਵੰਡ ਕੀਤੀ ਆ ਕਿ ਜਿਹੜਾ ਕੰਮ ਤੇਰੀ ਜ਼ਾਤ ਕੀਤਾ ਹੋਵੇ, ਯਾਨੀ ਖਾਲਕ ਕੀਤਾ ਹੋਵੇ ਤਾਂ ਮਖਲੂਕ ਵੀ ਕਰੇ। ਸੁਭਾਨ ਅੱਲਾ, ਜਿਹੜਾ ਕੰਮ ਮਖਲੂਕ ਕਰੇ ਉਹ ਖਾਲਕ ਵੀ ਕੀਤਾ ਹੋਵੇ। ਫਰਮਾਇਆ ਹਾਂ ਦੋ ਕੰਮ ਐਸੇ ਹਨ, ਇੱਕ ਮਹਿਬੂਬ ਦੀ ਜ਼ਾਤ ਤੇ ਦਰੂਦ ਪੜਨਾ, ਦੂਸਰਾ ਮਦੀਨੇ ਦੇ ਤਾਜਦਾਰ ਦਾ ਮਿਲਾਦ ਪੜਨਾ। ਫਰਮਾਇਆ ਇਹ ਖਾਲਕ ਮੈਂ ਵੀ ਕੀਤਾ ਹੈ, ਮਖਲੂਕ ਵੀ ਪਈ ਕਰਦੇ। ਲੇਕਿਨ ਇਹਦੇ ਵਿੱਚ ਇੱਕ ਵੀ ਬਾਤ ਹੈ, ਫਰਮਾਇਆ ਤੂੰ ਨਮਾਜ਼ ਪੜ੍ਹੇ ਰੱਦ ਕਰ ਸਕਣਾ, ਰੋਜ਼ੇ ਰੱਖੇ ਰੱਦ ਕਰ ਸਕਣਾ, ਹਜ ਕਰੇ ਰੱਦ ਕਰ ਸਕਣਾ, ਜ਼ਕਾਤ ਦੇਵੇ ਰੱਦ ਕਰ ਸਕਣਾ, ਸ਼ਬੀਲਾ ਲਾਏ ਸਖਾਵਤਾਂ ਕਰੇ ਜੋ ਮਰਜ਼ੀ ਕਰੇ ਮੈਂ ਰੱਦ ਕਰ ਸਕਣਾ। ਲੇਕਿਨ ਫਰਮਾਇਆ ਮੈਨੂੰ ਆਪਣੀ ਇੱਜ਼ਤ ਔਰ ਜਲਾਲ ਦੀ ਕਸਮ ਹੈ, ਦੋ ਅਮਲ ਐਸੇ ਨੇ ਜਿਨ੍ਹਾਂ ਨੂੰ ਮੈਂ ਕਦੇ ਵੀ ਰੱਦ ਨਹੀਂ ਕੀਤਾ। ਇੱਕ ਅਮਲ ਮੇਰੇ ਹਬੀਬ ਦੀ ਜ਼ਾਤ ਤੇ ਦਰੂਦ ਪੜਨਾ, ਦੂਸਰਾ ਅਮਲ ਮੇਰੇ ਕਮਲੀ ਵਾਲੇ ਦਾ ਮਿਲਾਦ। ਮਰਦਾਂ ਦੇ ਹਿੱਸੇ ਨਹੀਂ ਆਇਆ, ਇਹ ਮਰਦਾਂ ਦੇ ਹਿੱਸੇ ਆਇਆ। ਤੇ ਯਾਦ ਰੱਖਣਾ, ਇਹ ਬੰਦਾ ਕਵੇ ਕਿ ਮੇਰਾ ਮਨਸਬ ਬੜਾ, ਮੇਰੀ ਗੱਦੀ ਬੜੀ ਏ ਔਰ ਮੇਰੀ ਜਨਾਬੇ ਵਾਲੀ ਦੌਲਤ ਬੜੀ ਹੈ, ਮੇਰੀ ਡਿਊਟੀ ਬੜੀ ਹੈ, ਮੇਰੀ ਪਰਸਨੈਲਿਟੀ ਬੜੀ ਹੈ। ਮੇਰੀ ਨਜ਼ਰ ਵਿੱਚ ਪਰਸਨੈਲਿਟੀ ਜ਼ਮੀਨਾਂ ਨਾਲ ਤੇ ਬੈਂਕ ਬੈਲੈਂਸ ਨਾਲ ਤੇ ਫੈਕਟਰੀਆਂ ਨਾਲ ਤੇ ਮਨਸਬ ਨਾਲ ਨਹੀਂ ਹੁੰਦੀ। ਇਹ ਸਾਰੀਆਂ ਪਰਸਨੈਲਿਟੀਆਂ ਮਰਨ ਤੋਂ ਬਾਅਦ ਇੱਥੇ ਰਹਿ ਜਾਣੀਆਂ। ਇੱਕ ਮਦੀਨੇ ਦੇ ਤਾਜਦਾਰ ਦੀ ਪਰਸਨੈਲਿਟੀ ਹੈ ਜਿਹੜੀ ਗੁਲਾਮੀ ਦੀ ਪਰਸਨੈਲਿਟੀ ਹੈ, ਜਿਹੜੀ ਮਰਨ ਤੋਂ ਬਾਅਦ ਕਬਰ ਚ ਵੀ ਨਾਲ ਜਾਏਗੀ, ਹਸ਼ਰ ਚ ਵੀ ਨਾਲ ਜਾਏਗੀ। ਜ਼ਿਕਰ ਪਾਕ ਆ ਜਾਏ ਤੇ ਜ਼ੁਬਾਨ ਹਰਕਤ ਨਾ ਕਰੇ,
ਉਸ ਜ਼ੁਬਾਨ ਨੂੰ ਖਿੱਚ ਕੇ ਕਿਸੇ ਚੁਰਾਹੇ ਚ ਰੱਖ ਕੇ ਅੱਗ ਲਾ ਦਿਓ। ਕੋਈ ਉਹ ਨੌਕਰ ਹੀ ਕਾਦਾ ਚ ਜਿਹਦੇ ਸਾਹਮਣੇ ਉਹਦੇ ਮਾਲਕ ਦਾ ਜ਼ਿਕਰ ਹੋਵੇ ਤੇ ਉਹਦਾ ਵਜੂਦ ਹਰਕਤ ਚ ਨਹੀਂ ਨਾ ਆਵੇ। ਉਹ ਯਾਰ ਨੌਕਰੀ ਇਹਦਾ ਨਾਂ ਨਹੀਂ ਕਿ ਖਾਲੀ ਵਜੂਦ ਹੈ ਲੱਗਿਆ, ਨੌਕਰੀ ਇਹਦਾ ਨਾਂ ਹੈ ਕਿ ਜਦੋਂ ਮਹਬੂਬ ਦਾ ਜ਼ਿਕਰ ਆ ਗਿਆ ਫਿਰ ਵਜੂਦ ਵੱਖਰਾ ਬਖਸ਼ ਕਰੇ, ਰੂਹ ਵੱਖਰੀ ਬਖਸ਼ ਕਰੇ। ਕੋਈ ਬੰਦਾ ਫੈਕਟਰੀ ਬਣਾਏ, ਸਕੂਲ ਬਣਾਏ, ਦੁਕਾਨ ਬਣਾਏ, ਕੋਈ ਵੀ ਕੰਮ ਕਰੇ ਉਹਦਾ ਆਗਾਜ਼ ਤਿਲਾਵਤ ਕੁਰਾਨ ਤੋਂ ਕਰਦਾ ਹੈ। ਅੱਲਾਹ ਫਰਮਾਂਦਾ ਜਦੋਂ ਮੈਂ ਕਾਇਨਾਤ ਬਣਾਈ ਤੇ ਮੈਂ ਉਹਦਾ ਆਵਾਜ਼ ਜ਼ਿਕਰ ਮੁਸਤਫਾ ਫਰਮਾਂਦਾ ਮੈਂ ਆਪਣੇ ਮਹਬੂਬ ਦਾ ਆਪਣੇ ਮਹਬੂਬ ਦੇ ਜ਼ਿਕਰ ਤੋਂ ਆਗਾਜ਼ ਕੀਤਾ। ਔਰ ਮੈਂ ਜਿਹੜੀ ਆਇਤ ਕਰੀਮ ਪੜ੍ਹੀ ਅੱਲਾਹ ਕਰੀਮ ਨੇ ਇੱਕ ਨਬੀ ਦੀ ਵਿਲਾਦਤ ਨੂੰ ਵੀ ਸਲਾਮੀ ਦਿੱਤੀ ਹੈ, ਉਹਦੇ ਜਾਨ ਨੂੰ ਵੀ ਸਲਾਮੀ ਦਿੱਤੀ ਹੈ ਤੇ ਜਾ ਕੇ ਦੁਬਾਰਾ ਉੱਠਣ ਨੂੰ ਵੀ ਸਲਾਮੀ ਦਿੱਤੀ। ਅੱਲਾਹ ਤੇਰੇ ਹੁਕਮ ਦੇ ਮੁਤਾਬਿਕ ਅਸੀਂ ਸਾਰੇ ਨਬੀਆਂ ਤੇ ਇਮਾਨ ਰੱਖਨੇ ਪਰ ਗੁਲਾਮ ਅਸੀਂ ਅਮੀਨਾ ਦੇ ਨਾਲ ਦੇ ਸਾਰੇ ਨਬੀਆਂ ਨੂੰ ਅੱਲਾ ਇੱਕ ਨਬੀ ਨੂੰ ਸਲਾਮੀ ਦਿੱਤੀ ਆ, ਇਹ ਫਰਮਾ ਨਬੀ ਨੂੰ ਜੋ ਸਲਾਮੀ ਦਿੱਤੀ ਕਿ ਤੇਰੀ ਵਿਲਾਦਤ ਨੂੰ ਸਲਾਮ ਹੈ, ਤੇਰੀ ਵਿਲਾਦਤ ਦੀ ਘੜੀ ਨੂੰ ਸਲਾਮ ਹੈ, ਤੇ ਯਾ ਅੱਲਾ ਜਿਹਨੂੰ ਆਪਣਾ ਹਬੀਬ ਬਣਾਇਆ ਹੀ ਉਹਦੀ ਵਿਲਾਦਤ ਨੂੰ ਵੀ ਸਲਾਮੀ ਦਿੱਤੀ ਆ। ਅੱਜ ਤੂੰ ਕਿ ਖਾਸ ਰਾਤ ਇੱਥੋਂ ਹੀ ਆਗਾਜ਼ ਕਰਾਂ ਕਿ ਯਾ ਅੱਲਾ ਉਹਦੀ ਵਿਲਾਦਤ ਨੂੰ ਵੀ ਸਲਾਮੀ ਦਿੱਤੀ ਆ। اللہ کریم نے قرآن اندر ارشاد فرمایا فرمایا بسلام علیہ یوم ولد سبحان اللہ ਨਾਰਾਜ਼ ਨਾ ਹੋਵੇ ਤੇ ਤੁਸੀਂ ਹੋ ਵੀ ਜਾਓਗੇ ਤੇ ਤੁਸੀਂ ਬਾਅਦ ਚ ਕੱਲਿਆਂ ਬਹਿ ਕੇ ਸੋਚਿਆ ਜੇ ਕਿ ਕਿਹਦੀ ਵਜ੍ਹਾ ਤੋਂ ਆਉਂਦਾ ਸੀ ਸੁਭਾਨ ਅੱਲਾਹ, ਫਿਰ ਨਾਰਾਜ਼ਗੀ ਖਤਮ ਹੋ ਜਾਏਗੀ। ਜਿਸ ਬੰਦੇ ਚੁੱਪ ਰਹਿਣਾ ਇਸ ਵਾਸਤੇ ਦਿਲ ਚ ਮੌਲਵੀ ਦੀ ਅੱਖ ਲੱਗ ਕੇ ਬੋਲਣਾ ਤਾਂ ਗੱਲ ਬਣਨੀ। ਮੈਂ ਕਿਹਾ ਜੇ ਗੱਲ ਦਿਲ ਦੀ ਸੀ ਨਾ ਤੇ ਫਿਰ ਘਰ ਹੀ ਬੈਠਿਆ ਰਹਿਣਾ ਸੀ, ਖੁਦਾ ਘਰ ਬੈਠਿਆਂ ਵੀ ਤਾਂ ਦਿਲਾਂ ਦੇ ਭੇਤ ਜਾਣਦੇ ਸੀ। ਸੁਭਾਨ ਅੱਲਾਹ, ਬੇਸ਼ੱਕ ਤੇ ਅਸੀਂ ਅੱਜ ਇਕੱਠੇ ਕਿਸੇ ਮਕਸਦ ਵਾਸਤੇ ਆਏ ਹਾਂ। حضرات دی وقار تو جناب والی میں بات رد کر رہے ہیں، اللہ کریم نے فرمایا فرمایا والسلام علیہ یوم ولد سبحان اللہ، فرمایا سلام میں جناب والی فرمایا نبی دی ولادت دی کھڑی تے عرض کیتی یا اللہ ایک نبی نو سلامی دتی یا ایک نبی نو سلامی دتی یا یا اپنے حبیب نو کیویں سلامی دتی یا ਅੱਲਾ ਦੇ ਪਰਵਾਹ ਕਮਲੀ ਵਾਲਿਆ
Dio la grazia che la viva di me manca la mia carina a dovere musta fatti andare a dirti a budur la rovi allah hutalano a dovere che la viva di me la dante passa da toi subhanallah अगर आप तो जना भी वाली में बात न दिखाने ना मेरे करीब काली सलातु व सलाम ने बाली दे करीब हजरत अब्दुल्ला रजी अल्लाह तआला नो आप की विलादत के बाद शहादत हुई हजरत अब्बास सरवासे ने मैं भी में खंड लिया हजरत अब्दुल मुत्तलिब भी मार ने आपने जाके हजरत अब्दुल्ला को उठाया उठा के चेहरे पर देखा Come on.
ਬਾਤੇ ਆਖਣਾ ਯਾਦ ਰੱਖੋ ਤੇ ਫਿਰ ਬੋਲੋ ਫਿਰ ਤੁਹਾਨੂੰ ਜਿਵੇਂ ਲੱਗ ਜਿਸ ਜਿਹੜਾ ਨਹੀਂ ਪੜੇਗਾ ਕੋਈ ਗੁਨਾਹ ਨਹੀਂ ਪਰ ਜਿਹੜਾ ਪੜੇਗਾ ਸਵਾਬ ਪੜੇਗਾ ਮੂੰਹ ਚ ਪੜਨ ਵਾਲੇ ਨੂੰ ਲੱਗੇ ਆਖਿਆ ਕਿਹੜਾ ਨਹੀਂ ਪੜੇਗਾ ਕੋਈ ਗੁਨਾਹ ਨਹੀਂ ਜੇ ਸੌਰੀ ਪੜਨਾ ਉਹਨੂੰ ਵੀ ਮਾਫ਼ੀ ਤੇ ਜਿਸ ਮੂੰਹ ਚ ਪੜਨਾ ਉਹਨੂੰ ਪੱਕੀ ਮਾਫ਼ੀ ਤੇ ਬਿਮਾਰ ਨੂੰ ਅੱਲਾ ਸੇਵ ਰਹੇ ਦੋ ਚਾਰ ਬੰਦੇ ਉਹ ਰਹੋ ਜਿੰਨਾ ਆਖਰ ਤੇ ਬਸ ਇੱਕ ਹੀ ਜੁਮਲਾ ਕਹਿਣਾ ਖਰਾਮੇ ਵਾਲੇ ਬਾਕੀ ਮੈਂ ਪੜ੍ਹਨਾ ਤੁਸੀਂ ਸਿਰਫ ਇਹੀ ਆਖਣਾ ਖਰਾਮੇ ਵਾਲੇ ਖੁਦ ਤੋਂ ਭੂਖੇ ਚੀਨ ਚੱਲਦੇ ਹਾਂ ਹਜ਼ਰਤ ਦੀਆਂ ਗੁਜ਼ਰਦੇ ਜਾ ਰਹੇ ਨੇ ਰਸਤੇ ਵਿੱਚ ਕੋਨੇ ਦੇ
ਨਰਕ ਫਕੀਰ ਬੈਠਾ ਹੋਇਆ ਜ਼ੁਲਫਾਂ ਬਿਖਰੀਆਂ ਨੇ ਵਾਲ ਖੁੱਲੇ ਜ਼ੁਲਫਾਂ ਵਿੱਚ ਵੀ ਗਿਰਦੋ ਗੁਬਾਰੇ ਫਕੀਰ ਜਿਹੜਾ ਬਿਵਾਲੀ ਬੈਠਾ ਹੋਇਆ ਹੈ ਹਜ਼ਰਤ ਅਬਦੁੱਲਾ ਕੋਲੋਂ ਨਹੀਂ ਲੰਘੇ ਫਕੀਰ ਪਤਾ ਕੀ ਹੌਲੇ ਜੀ ਆਉਂਦਾ ਆਉਂਦਾ ਉਹ ਸੋਹਣਿਆ ਸਰਦੀ ਬੜੀ ਹੈ ਪਰ ਮੈਂ ਕੀ ਕਰਾਂ ਕੰਬਲੀ ਵਾਲੇ ਦੇ ਭਾਈਆਂ ਦੀ ਗੱਲ ਮੈਂ ਸੁਣਾਉਣਾ ਸੁਣਿਆ ਦੇ ਗੌਰ ਦੇ ਨਾਲ ਆਪਣਾ ਪਰ ਮੈਂ ਕੀ ਕਰਾਂ ਉਹਨੇ ਆਖਿਆ ਜੀ ਕੰਬਲ ਚਾਹੀਦਾ ਤੇ ਨਥਾਰਾ ਚਾਹੀਦਾ ਪਰ ਮੈਂ ਕੰਬਲ ਵੀ ਚਾਹੀਦਾ ਤੇ ਨਥਾਰਾ ਵੀ ਚਾਹੀਦਾ ਉਹਨੇ ਆਖਿਆ ਜੀ ਮੈਂ ਉਹ ਫਕੀਰ ਨਹੀਂ ਜਿਹੜਾ ਹਰ ਸ਼ੈ ਗੱਲ ਮਾਰ ਜਾਵਾਂ ਮੇਰੀ ਮਜਬੂਰੀ ਹੈ ਮੈਂ ਕੰਬਲ ਮੰਗਦੇ ਹੈ ਆਪਣਾ ਫਰਮਾਇਆ ਫਿਰ ਕੀ ਹੋਵੇਗਾ ਉਹਨੇ ਕਿਹਾ ਜੀ ਜਿੰਨੀ ਦੇਰ ਤੱਕ ਦਿਲਦਾਰਾਂ ਦਾ ਜ਼ਿਕਰ ਸੁਣ ਕੇ ਰੂਹ ਨੂੰ ਲੁਤਫ ਆਉਂਦਾ ਰਹੇ ਓਨੀ ਦੇਰ ਤੱਕ ਜ਼ੁਬਾਨ ਸੁਭਾਨ ਅੱਲਾਹ ਦੀ ਕਰ ਜ਼ਿੰਦਾਬਾਦ ਆਪਣੇ
ਕੇ ਕਦੋਂ ਨਹੀਂ ਆਉਣਾ, ਹੁਸੈਨ ਨੇ ਉੱਠ ਕੇ ਖਲੋ ਜਾਣਾ। کملی والے دے وصال تو بعد او ایڈا سونا مدینے وچ کون، سبحان اللہ، وصال تو بعد میرے تو قبل شاہ جی حضور نے بڑی کمال دی علی پاک دے جنابے والی منکرن دی چھتور کی تھی، لیکن یاد رکھیا گے پونکے دا کم نہیں پھنکنا ہوندا ہے۔ آندے میں امام حسن دے نیڑے گیا، جا کے میں علی پاک دے سر پھونکی گیا، بولی گیا بولی گیا، علی کے یار نے جد تو دم نہیں ہلایا، آپ خاموشی دے نال کھڑے رہے، جدوں بول بول کے تھک گیا، سنیا گیا سبحان اللہ۔ آپ کراچی تشریف لے گئے تو سید مزمل شاہ صاحب دے کول، تے شاہ صاحب قبلہ نے نا فجر دی نماز پڑھائی، شاہ صاحب نے شیخ الاسلام پیچھے کھڑے ہوئے، علمی روب سے حضور دا غلام پیچھے کھڑا سی، تے شاہ صاحب غلطی نہیں میں کہہ سکتا، ہرگز نہیں، یہ آل پاک دا مقام ہے، اور شاہ صاحب دوران تلاوت
ਰਾਤ ਨਮਾਜ਼ ਵਿੱਚ ਆਏ ਤਾਂ ਮਾਮਲਾ ਅੱਗੇ ਪਿੱਛੇ ਹੋ ਗਿਆ ਤੇ ਪੂਰੇ ਮਜਮੇ ਨੂੰ ਇਹ ਸੀ ਜਿਵੇਂ ਹੀ ਸਲਾਮ ਫਿਰਨਾ ਸ਼ੇਖ ਉਲ ਇਸਲਾਮ ਨੇ ਫਤਵਾ ਦੇ ਦੇਣਾ ਕਿ ਨਮਾਜ਼ ਦੁਬਾਰਾ ਪੜਾਓ ਗਲਤ ਹੋ ਗਈ ਹੈ ਪਰ ਉਹਨਾਂ ਨੂੰ ਇਹ ਨਹੀਂ ਸੀ ਨਾ ਪਤਾ ਕਿ ਜਿਹੜੀ ਹਸਤੀ ਮਗਰ ਖਲੋਤੀ ਹੈ ਅਦਬ ਉਹਦੇ ਚੌਖਟ ਤੇ ਆ ਕੇ ਤਵਾਫ ਕਰਦਾ ਸੁਭਾਨ ਅੱਲਾਹ ਵਾਹ ਜੀ ਵਾਹ ਮਸਾਫਾ ਜਿਹੜੇ ਵੇਲੇ ਆਪ ਨੇ ਸਲਾਮ ਫੇਰਿਆ ਨਾ ਤੇ ਸ਼ੇਖ ਉਲ ਇਸਲਾਮ ਉੱਠ ਕੇ ਖਲੋ ਫਰਮਾਇਸ਼ਾ ਜੀ ਨਮਾਜ਼ਾਂ ਬੜੀਆਂ ਪੜੀਆਂ ਨੇ ਵਾਹ ਜੀ ਵਾਹ ਨਮਾਜ਼ਾਂ ਬੜੀਆਂ ਪੜੀਆਂ ਨੇ ਸ਼ਾਹ ਜੀ ਸ਼ੇਖ ਉਲ ਇਸਲਾਮ ਵੀ ਸਨ ਨਾ ਮਸਲਾ ਕਿਵੇਂ ਪੂਰਾ ਕੀਤਾ ਆਪਣੇ ਫਰਮਾਇਆ ਸ਼ਾਹ ਕਿਉਂਕਿ ਆਇਤ ਤੇ ਅੱਗੇ ਪਿੱਛੇ ਹੋ ਗਈ ਸੀ ਤੇ ਆਪਣੇ ਫਰਮਾਇਆ ਸ਼ਾਹ ਜੀ ਨਮਾਜ਼ਾਂ ਅੱਗੇ ਪੜੀਆਂ ਪੜੀਆਂ ਨੇ ਪਰ ਜਿਹੜੀ ਚਾਸ ਅੱਜ ਆਈ ਹੈ ਇਹ ਕਦੇ ਨਹੀਂ ਆਈ ਤੇ ਦਿਲ ਕਰਦਾ ਇੰਨੇ ਦੀ ਇੱਕ ਨਮਾਜ਼ ਸਿਰ ਚਾ ਪੜਾਓ ਨਹੀਂ ਲੈਂਦੇ ਹਜ਼ਰਤ ਅਬਦੁੱਲਾ ਰਜ਼ੀ ਅੱਲਾਹ ਤਾਲਾ ਅਨਹੁ ਦੀ ਆਖਰੀ ਬਾਤ ਤੇ ਸੈਯਦ ਆਮਿਨਾ ਦੀ ਬਾਤ ਕਰਨ ਲੱਗਾ ਮਸਜਿਦ ਉਮਰਾ ਦੇ ਕੋਲੋਂ ਵੀ ਆਪ ਗੁਜ਼ਰੇ ਅਬ ਮੈਂ ਮੁਸਤਫਾ ਕੇ ਅੰਦਰ ਕਿ ਆਪ ਗੁਜ਼ਰੇ ਤੇ ਇੱਕ ਬੰਦੇ ਨੇ ਨਾ ਪੁੱਛ ਲਿਆ ਉਹ ਜਨਿਆ ਚਲੋ ਜਾ ਫਰਮਾਇਆ ਕੀ ਗੱਲ ਅਬਦੁਲ ਮੁਤਲਿਬ ਦਾ ਘਰ ਕਿਹੜਾ ਵਾਹ ਜੀ ਵਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਮੈਂ ਐਂਡ ਕਰਕੇ ਉਹਦੇ ਵੱਲ ਵੇਖੇ ਤੇ ਵੇਖ ਕੇ ਨਾ ਤੇ ਆਪ ਦੇ ਹੱਥ ਵਿੱਚ ਅੰਗੂਰ ਸਨ ਉਹ ਖਾ ਰਹੇ ਸਨ ਦੂਸਰੇ ਹੱਥ ਵਿੱਚ ਖਜੂਰਾ ਸਨ ਸੁਭਾਨ ਅੱਲਾਹ ਆਪ ਨੇ ਫਰਮਾਇਆ ਇੱਕ ਹੱਥ ਕਰ ਨੇ ਕੀਤਾ ਫਰਮਾਇਆ ਅੰਗੂਰ ਨੇ ਦੂਜਾ ਕਰ ਇਹ ਖਜੂਰਾ ਨੇ ਫਰਮਾਇਆ ਅੰਗੂਰ ਵੀ ਖਾ ਤੇ ਖਜੂਰਾ ਵੀ ਖਾ ਇੱਥੇ ਹੀ ਬਹੁਤ ਮੈਂ ਆਉਣਾ ਸੁਭਾਨ ਅੱਲਾਹ ਸੁਭਾਨ ਅੱਲਾਹ ਵਾਹ ਜੀ ਤੇ ਮੈਂ ਆਇਆ ਮੈਨੂੰ ਹੋਣੀ ਚਾਹੀਦੀ ਕਿ ਮੈਂ ਸਵੇਰੇ 8 ਵਜੇ ਭਾਵ ਨਗਰ ਪਹੁੰਚਣਾ ਸੁਭਾਨ ਅੱਲਾਹ ਫਿਕਰ ਤੁਹਾਨੂੰ ਲੱਗੀ ਕਿਹਨੇ ਕਦੋਂ ਜਾਣਾ ਕੋਸ਼ਿਸ਼ ਕਰੀਏ ਕੀ ਹੁਣ ਜੇ ਘੰਟਾ ਤੇ ਘੱਟ ਤਕਰੀਰ ਕਰੀਏ ਤੁਸੀਂ ਤਾਂ ਸਖਤੀ ਕਰਦੇ ਤੇ ਜੇ ਵੱਧ ਕਰੀਏ ਤੁਸੀਂ ਤਾਂ ਸਖਤੀ ਕਰਦੇ ਤੇ ਜੇ ਵੱਧ ਹੋ ਜਾਏ ਤੇ ਤੁਸੀਂ ਜਾਂ ਜੇ ਘੱਟ ਕਰੀਏ ਤੇ ਤੁਸੀਂ ਸ਼ਾਹ ਸਾਹਿਬ ਨੂੰ ਆਖਣਾ ਉਹ ਸੱਦਿਆ ਹਜੇ ਕੀ ਕੀਤਾ
ਤੇ ਜੇ ਵੱਧ ਕਰੀਏ ਤੇ ਫਿਰ ਪਤਾ ਤੁਸੀਂ ਕੀ ਆਂਦੇ ਨਾਲ ਸਲਾਮ ਤੇ ਲੈਣ ਦੇ ਨਾਲ ਪਿਆਰ ਨਾਲ ਲੈਣ ਦੀ ਹਜ਼ਰਤ ਜੀ ਵਿਹਲੇ ਹੀ ਹੁੰਦੇ ਕੋਈ ਕੰਮ ਕਾਜ ਨਹੀਂ ਜੀ ਅਸਾਂ ਤਾਂ ਸਵੇਰੇ ਸਵੇਰੇ ਜਾਣਾ ਹੋਣਾ ਤੇ ਤੁਸੀਂ ਜਾਣਾ ਹੋਣਾ ਸਾਡੇ ਨਾਲ ਹੀ ਹੈ ਅਸਾਂ ਆਉਣਾ ਤੇ ਤੁਸੀਂ ਆਉਣਾ ਬੇਸ਼ੱਕ ਐਵੇਂ ਗੱਲ ਯਾਦ ਰੱਖਿਆ ਮੈਂ ਮਸਜਿਦ ਵਿੱਚ ਬੈਠ ਕੇ ਕਹਿਣਾ ਸੁਣੀਓ ਉਹਨਾਂ ਮੈਂ ਤੇ ਖਾਦਮ ਆ ਅਗਰ ਇਹ ਉਹਨਾਂ ਮੈਂ ਹਲੇ ਸੁਨਨਤ ਨਾ ਹੁੰਦੇ ਤੁਹਾਨੂੰ ਕੋਈ ਪਤਾ ਨਾ ਹੁੰਦਾ ਕਿ ਜਲੂਸ ਵੀ ਰਾਹ ਦੇ ਕਿੱਥੇ ਕੱਢਣਾ ਪੈਦਲ ਵੀ ਰਾਹ ਦੇ ਕਿੱਥੇ ਲਾਉਣਾ ਸੁਭਾਨ ਅੱਲਾਹ ਹਾਂਜੀ ਜਗਾ ਕਰਦਾ ਆਪਣੇ ਬੰਦਾ ਪਿੱਛੇ ਬਹੁ ਤੇ ਮੈਂ ਆਪ ਘਰ ਗਏ ਪਹਿਲੇ ਦਸਤਰਖਾਨ ਲਿਆ ਕੇ ਵਿਛਾਇਆ ਉੱਤੇ ਪਾਣੀ ਰੱਖਿਆ ਫਿਰ ਖਾਣਾ ਲਾਇਆ ਫਿਰ ਮੈਂ ਖਾ ਲੈ ਉਸ ਆਖਿਆ ਜੀ ਮੈਂ ਤੁਹਾਨੂੰ ਪੁੱਛਿਆ ਅਬਦੁਲ ਮੁਤਲਬ ਦਾ ਘਰ ਕਿਤੇ ਤੁਸੀਂ ਅੰਦਰ ਰੋਟੀ ਖਾ ਲੈ ਆਪ ਨੇ ਫਰਮਾਇਆ ਤੈਨੂੰ ਪਤਾ ਨਹੀਂ ਅਸੀਂ ਕੌਣ ਇਹ ਜੁਮਲਾ ਕਹਿ ਦਿਆ ਤੇ ਜਿਹੜੇ ਨੌਜਵਾਨ ਦੀ ਅੱਖ ਵੀ ਲੱਗਦੀ ਸੀ ਉਹਨੂੰ ਖੁੱਲ੍ਹ ਜਾਏਗੀ ਜਾ ਕੇ ਆਪ ਨੇ ਪਤਾ ਤੈਨੂੰ ਪਤਾ ਨਹੀਂ ਅਸੀਂ ਕੌਣ ਉਹਨੇ ਕਿਹਾ ਜੀ ਮੈਂ ਪੁੱਛਿਆ ਅਬਦੁਲ ਮੁਤਲਬ ਦਾ ਘਰ ਕਿੱਥੇ ਉਹ ਫਰਮਾਇਆ ਚੱਲਿਆ ਅਸੀਂ ਪਹਿਲਾਂ ਖਵਾਉਂਦੇ ਆ ਫਿਰ ਸੁਣਾਉਂਦੇ ਆ ਸੁਭਾਨ ਅੱਲਾਹ ਵਾਹ ਜੀ ਵਾਹ ਮੈਂ ਮੈਨੂੰ ਮੇਰੇ ਮੌਲਵੀਆਂ ਘੱਲਿਆ ਹੈ ਕੌਣ ਆਪਣੇ ਫਰਮਾਇਆ ਉਸ ਤੂੰ ਕੌਣ ਹੋ ਸਕਦੀ ਮੈਂ ਯਹੂਦੀ ਫਰਮਾਇਆ ਘੱਲਿਆ ਕਿਹਨੂੰ ਸਕ ਮੇਰੇ ਮੌਲਵੀ ਆ ਤੇ ਮੌਲਵੀ ਕੌਣ ਸਨ ਯਹੂਦੀ ਬੋਲੋ ਯਾਰ ਯਹੂਦੀ ਆਪਣੇ ਫਰਮਾਇਆ ਕੀ ਆਖਿਆ ਨੇ ਉਹਨੇ ਕਹਿ ਦਿਆ 10,000 ਦਿਰਹਮ ਉਹਨੇ ਮੈਨੂੰ ਦਿੱਤਾ ਉਹਨਾਂ ਕਿਹਾ ਉੱਥੇ ਜਾ ਮੱਕੇ ਚ ਅਬਦੁਲ ਮੁਤਲਿਬ ਦਾ ਘਰ ਲੱਭ ਉਹਦਾ ਇੱਕ ਪੁੱਤਰ ਹੀ ਜਿਹਦਾ ਨਾਮ ਅਬਦੁੱਲਾ ਵਾਹ ਜੀ ਵਾਹ ਇਹ 10,000 ਉਹਨਾਂ ਦਿਨ ਮੈਨੂੰ ਦਿੱਤਾ ਹੈ ਕਿ ਵਿੱਚੋਂ ਮੈਂ ਤੈਨੂੰ ਵੀ ਦੇ ਦਿਆਂਗਾ ਤੂੰ ਮੈਨੂੰ ਘਰ ਦੱਸ ਠੀਕ ਹੈ ਤੇ ਮੈਂ ਉਹਦੀ ਗਰਦਨ ਲੈਣ ਆਇਆ ਓਏ ਹੋਏ ਅਸਤਗਫਿਰ ਆਪਣੇ ਪਤਾ ਫੌਰਨ ਕੀ ਫਰਮਾਇਆ ਫਰਮਾਇਆ ਕੁਝ ਹੋਰ ਖਾਣੇ ਆਪਣੇ ਫਰਮਾਇਆ ਇਹ ਕੁਝ ਔਖਾ ਨਹੀਂ ਡਰੇ ਨਹੀਂ ਪਰੇਸ਼ਾਨ ਨਹੀਂ ਹੋਏ ਦੌੜੇ ਨਹੀਂ ਕਿਵੇਂ ਦੌੜਦੇ ਪਰੇਸ਼ਾਨੀ ਚ ਕਮਲੀ ਵਾਲੇ ਦਾ ਰੁਪਿਆ ਚਮਕਦਾ ਹਜ਼ਰਤ ਮੀਆਂ ਸ਼ੇਰੇ ਦੇ ਪਾਣੀ ਦੇ ਬਾਰੇ ਮੈਂ ਪੜ੍ਹਿਆ ਇੱਕ ਬੰਦਾ ਆਇਆ 8 ਦਿਹਾੜੇ ਲੰਗਰ ਖਾਂਦਾ ਰਿਹਾ ਤੇ ਵਾਪਸ ਜਾਂਦਾ ਸੀ ਤੇ ਆਪ ਨੂੰ ਉੱਤੋਂ ਦੀ ਵੇਖ ਲਿਆ ਪਰ ਮੈਂ ਨਾਰਾਜ਼ ਹੀ ਤੁਰ ਚੱਲਿਆ ਲੰਗਰ ਬਿਲਕੁਲ ਸਾਦਾ ਹੁੰਦਾ ਸੀ ਗੁਰੂ ਸ਼ੈਖੁਲ ਇਸਲਾਮ ਦਾ ਦੌਰ ਸੀ ਤੇ ਫਰਮਾਉਂਦੇ ਨੇ ਮੈਂ ਉਹਨੇ ਕਿਹਾ ਜੀ ਮੈਂ ਤਾਂ ਜਾਣਾ ਤੇ ਜਾਂਦਿਆਂ ਮੁਰਗੇ ਨਾਲ ਰੋਟੀ ਲੱਭੇ ਵਾਹ ਜੀ ਵਾਹ ਮੈਂ ਕਿਹਾ ਅੱਲਾ ਵਾਲਿਆਂ ਦੇ ਦਰ ਤੇ ਵੀ ਚੰਗੀ ਸੀ ਉਹਨੇ ਕਿਹਾ ਜੀ ਗੱਲ ਇਹ ਸੋਚ ਆ ਪੁੱਛੋ ਨਾ ਲੱਭੀ ਤੇ ਤੁਸੀਂ ਖਾਣੀ ਹੈ ਫਰਮਾਉਂਦੇ ਨੇ ਮੇਰੀ ਅੱਖਾਂ ਚ ਅੱਸੂ ਆ ਗਏ ਮੈਂ ਕਿਹਾ ਚੱਲਿਆ ਮੇਰਾ ਤੇ ਯਕੀਨ ਹੈ ਤੂੰ ਬੋਲਿਆ ਇੱਥੇ ਮੇਰੇ ਸਾਇਆ ਉੱਥੇ ਸੁਣ ਲੈ ਸੁਭਾਨ ਅੱਲਾ ਮੰਨਦੇ ਨੇ ਜੂਨ ਜੁਲਾਈ ਦਾ ਮਹੀਨਾ ਸੀ ਤੇ ਬੰਗਲਾ ਸ਼ਰੀਫ ਦੇ ਅੰਦਰ ਅਦੂਰ ਸ਼ੇਖ ਉਲ ਇਸਲਾਮ ਨੰਗੀ ਚਾਲ ਪਾਈ ਤੇ ਆਪ ਨੇ ਕੇ ਸੰਦੇ ਦੀ ਕਦਮ ਬੋਸੀ ਕੀਤੀ ਜਾ ਕੇ ਤੇ ਆਪ ਨੇ ਖਾਦਮ ਨੂੰ ਬੁਲਾਇਆ ਉਹਦੇ ਕੰਨ ਵਿੱਚ ਨੂੰ ਜਾ ਕੇ ਆ ਤੇ ਜਿਹੜੇ ਵੇਲੇ ਆਖਿਆ ਨਾ ਤੇ ਖਾਦਮ ਤੁਰ ਗਿਆ ਤੇ ਉਹ ਜਦੋਂ ਲੰਗਰ ਦੀ ਆਵਾਜ਼ ਆਉਂਦੀ ਸੀ ਤੇ ਲੰਗਰ ਖਾਣੇ ਦੀ ਆਉਂਦੀ ਸੀ ਕਿ ਆ ਕੇ ਲੰਗਰ ਖਾਣੇ ਤੇ ਲੰਗਰ ਕਰ ਲਓ
ਪੀਰ ਸਿਆਲ ਸਿਆਲ ਪੀਰ ਸਿਆਲ ਲਾਜਵਾਬ ਲਾਜਵਾਬ ਕੋਈ ਛੋੜਾ ਆਪਣੇ ਫਰਮਾਇਆ ਮੇਰੇ ਬਾਬੇ ਦਾ ਨਾਮ ਅੰਦਰ ਉਤਰਾ ਦੇ ਸੁਭਾਨ ਅੱਲਾਹ ਸੁਭਾਨ ਅੱਲਾਹ ਤੁਸੀਂ ਆ ਕੇ ਸਾਰੇ ਬੈਠੇ ਹੋ ਮੈਂ ਤਰੇਵੇ ਦਾ ਪ੍ਰਗਟ ਹੋ ਗਿਆ ਤੇ ਮੈਨੂੰ ਨਹੀਂ ਕਿਸੇ ਦੇਣ ਦਿੱਤਾ ਉਹਨਾਂ ਕਿਹਾ ਝਟਪਟ ਕਰ ਹਾਰ ਵੀ ਦੇਣੀ ਆ ਮੈਂ ਤੇ ਨਹੀਂ ਆਖਿਆ ਮੈਂ ਛੱਕਿਆ ਕਿਉਂਕਿ ਮੈਂ ਕਿਉਂ ਆਖਾਂ ਮੈਂ ਤੇ ਸੁਣੀ ਆ ਮੇਰਾ ਤੇ ਅਕੀਦਾ ਮਦੀਨੇ ਦੇ ਤਾਜਦਾਰ ਦਾ ਜ਼ਿਕਰ ਥਕਾਵਟ ਕਰਨ ਨਹੀਂ ਥਕਾਵਟ ਨਾਮ ਵਾਸਤੇ ਆ ਆਪਣੇ ਜਨਾਬੀ ਵਾਲੀ ਫਰਮਾਇਆ ਕਿ ਆ ਜਾ ਫਰਮਾਇਆ ਆ ਜਾ ਆ ਕੇ ਮੇਰੀ ਗਰਦਨ ਲਾ ਲੈ ਅੱਗੇ ਆਇਆ ਉਹਦੀ ਅੱਖਾਂ ਦੇ ਵਿੱਚ ਆ ਗਏ ਉਹਨੇ ਆਪਣਾ ਸਿਰ ਹਜ਼ਰਤ ਅਬਦੁੱਲਾ ਦੇ ਕਦਮਾਂ ਤੇ ਰੱਖਿਆ ਕਮਲੀ ਵਾਲੇ ਆਏ ਆਪ ਨੂੰ ਪਾਣੀ ਦੀ ਲੋੜ ਪੈ ਗਈ ਇੱਕ ਗੱਲ ਇਹ ਕਰ ਲਈ ਇੱਕ ਅਗਲੀ ਗੱਲ ਤੇ
بات ختم. آپ پانی کی لوڑ پی گئی, پانی کی لوڑ پی تو آپ کنویں چلیا گئی سید آمینا کنویں. کون آمینا؟ کل کائنات تے احسان کرن والی ماں. سبحان اللہ. چار سال میرے آقا دی عمر, حضرت علی مخلوق نو لے کے واپس آ رہے ہیں سیدہ پاک والا سیدہ آمینہ سلام اللہ علیہا دی طرف اٹھارے ہیں. رستے میں چکھو آگے گل میری قدمہ تے یہودی نے حضرت عبداللہ دے قدمہ نو چھمے ہیں, سیدہ آمینہ دے قدمہ نو پانی نے چھمے ہیں. ادھر دیکھا جائے جدو حضور تشریف لا رہے تھے چار سال عمر تے رستے چکھو آ گیا تے خود تے عورت پہ بہ کے رو گئے. حضرت علیمہ پوچھا بھن دس ہویا کی, اس آخیا علیمہ میں بڑی دوروں ٹری سا اس کنویں سے پہنچی میرے کو نکل جا بال سی کنویں کے کنڈے تے رکھ کے میں ڈول کھینچن لگی میرا بال بچتا ماں دی اکھاں دے سامنے تڑپ تڑپ کے انہیں جان دے دیتی ہے. حلیمہ میں بڑیاں واجاں ماریاں میری کسے نہیں سنی. آ تو پھر کہہ پی جو آواز آئی جی سنن والا کوئی نہیں سی انہاں دی سنن والا میں حلیمہ دے نام کھڑا ہو گیا. ہائے ہائے جڑے ویلے نا او جناب والی اتھے
ਅਲੀਮਾ ਫਰਮਾਇਆ ਦੱਸ ਮੈਂ ਭੈਣ ਤੇਰੇ ਕਿਹੜੇ ਕੰਮ ਆ ਸਕਦੀ ਆ? ਉਹਨੇ ਕਿਹਾ ਪੁੱਤਰ ਦੀ ਜਾਨ ਤੇ ਟੁੱਟ ਗਈ ਉਹਦੀ ਸੀ ਲੈ ਕੇ ਤੇ ਮੈਨੂੰ ਵਜੂਦ ਹੀ ਲੱਭ ਜਾਏ ਮੈਂ ਉਹਦੇ ਨਾਲ ਪਿਆਰ ਕਰਦਾ ਪਰ ਮੈਂ ਥੱਲੋਂ ਜਾ ਕੇ ਵਜੂਦ ਲਿਆ ਨੀ ਸਕਦੀ। ਅਲੀਮਾ ਕਿਹਾ ਤੂੰ ਵੀ ਮੈਂ ਬਹਿਨੀ ਆ ਕੋਈ ਆਉਂਦਾ ਤੇ ਉਹਦਾ ਤਰਲਾ ਮਾਰਨੀ ਆ ਤੇ ਮੇਰੇ ਆਕਾ ਨਾਲ ਖੜੇ ਸਨ। ਹਜ਼ੂਰ ਫਰਮਾ ਹਜ਼ੂਰ ਨੇ ਮਾਂ ਦਾਖ ਤੇ ਨੈਣ ਹਲੀਮਾ ਦੇ ਚਿਹਰੇ ਤੇ ਰੱਖੇ ਤੇ ਯੂ ਹਾਜ਼ਰ ਲੱਭ ਹਰਕਤ ਵਿੱਚ ਆਏ ਤੇ ਯੇ ਗੁੱਲਾ ਦੀ ਸ਼ਾਨ ਵਾਲੇ ਹੱਥ ਅੰਮਾ ਹਲੀਮਾ ਦੇ ਹੱਥਾਂ ਵਿੱਚ ਆਏ। ਮੇਰੇ ਆਕਾ ਨੇ ਫਰਮਾਇਆ ਅੰਮਾ ਜੀ ਆਪ ਬੀਬੀ ਕੀ ਕਹਿੰਦੀ ਸੋਹਣਿਆ ਆਉਂਦੀ ਹੈ ਮੇਰਾ ਪੁੱਤਰ ਡੁੱਬ ਕੇ ਮਰ ਗਿਆ ਆ ਜੁਮਲਾ ਦੇ ਅੱਜ ਦੇ ਅੱਜ ਦੇ ਮਿਲਾਦ ਦਾ ਸਭ ਤੋਂ ਬੜਾ ਜੁਮਲਾ ਮੈਂ ਕਹਿ ਰਿਹਾ ਬੜੀ ਮਿਹਰਬਾਨੀ ਸ਼ੇਰ ਨਾਲ ਹੀ ਲਾਏ ਜ਼ਬਾਨ ਹੀ ਲਾ ਕੇ ਜਵਾਬ ਮੇਰੇ ਆਕਾ ਮੇਰੇ ਆਕਾ ਨੇ ਆਵਾਜ਼ ਮਾਰੀ ਉਹ ਪਾਣੀ ਜਾਣਨੇ ਮੈਂ ਕੌਣ ਪਾਣੀ ਨੇ ਆਖਿਆ ਹੋਵੇ ਕਿ ਕਮਲੀ ਵਾਲਿਆ ਬੜੇ ਬੜੀ ਮਾਲ ਜਿਹੜਾ ਖਾਦੇ ਵੀ ਤੈਨੂੰ ਤੇ ਪਹਿਚਾਣ ਪਾਣੀ ਦੱਸਿਆ ਕਮਲੀ ਵਾਲਿਆ ਤੂੰ ਅੱਲਾ ਦਾ ਹਬੀਬ ਹੈ ਤੇ ਜੱਗ ਦਾ ਤਬੀਬ ਹੈ ਉੱਠਿਆ ਨਾ ਦੂਰ ਫਰਮਾਇਆ ਉੱਠ ਮਾਮਾ ਨੂੰ ਨਹੀਂ ਡਵਾਈ ਦਾ ਅੱਖ ਖੁੱਲੀ
دیدارے مصطفیٰ سبحان اللہ اک کھول دیا ہائے ہائے زبان کھلی سبحان اللہ مصطفیٰ سبحان اللہ ساری زندگی میں پوچھا بالا تم اک کھول دے حضور دی نعت پڑھن دے او سا کیا او تے بڑا چمل جنوں جیڑا حیاتی دوے اونوں بھول گئے سبحان اللہ سبحان اللہ جیڑا جنوں حیاتی دے حضور دا صدقہ تے کھانے ایک دا ایک لوکاں دا منہ بن جاندا صدقہ نبی دا کھاندے میں کہ حدیث پڑھی ہے کہ اللہ فرماندا میں کسے شے نوں پیدا نہ کردا اگر کملی والا نہ ہوندا تے میں کہ زمین کدے صدقے بنی نبی پاک دے صدقے بنے تے میں کہ زمین تے جنہ نہ جھکن دے کدے گھر جان دے سبحان اللہ سبحان اللہ سبحان اللہ کدے گھر جان دے تے میں کہ صدقہ نبی دا ہی کھان دے سبحان اللہ اللہ جڑا تیرا سبحان اللہ ماشاء اللہ جی ماشاء اللہ لیکن زیادہ وقت نہیں چند منٹ بعد ختم کرنا مولوی صاحب نے کسی بندے نو آخیا سی میں ذوق سے فخر پہ آنا کہ ویکیا بھی نہیں لیکن نور دی سمجھ بھی آ رہی ہے چہرے بھی تاہی تا چمک دیں سبحان اللہ بندہ سی رنگ دا بہت کالا سی اس مولوی صاحب نے آتھے مولوی جی یہ کوئی دین چل نہیں رنگ کالا بھی چھٹا ہو جائے سبحان اللہ انہوں نے آخیا رہے گا کالا پر لگے گا جی چٹا ہے سبحان اللہ سبحان اللہ اندر بھی چٹا ہو جائے سبحان اللہ میں کیا کریں ہوئے آخری رات سی اگلے دیہڑا چالی مہینے اس بیوی نو رات بارش آ گئی بخار ہو گیا ٹھنڈ لگ گئی تو میں کیا روز منہ نہیں تھوکتا
پتھر فڑ لے تو اندر تر مت پھر گلا ہو جائے تو میں اگے ٹھنڈ تو یہ فتوا لے کے آیا جی گلا ہو گیا تو میں کہڑے پاسے جانا کیا چل دس انہیں جا بی سی رات بارش ہی نہیں سی اس جلدی جلدی پتھر فڑیا اندر تریا تو جو جو ہے سی وہ فڑی لیا باہر جہاں سامان ہے جو جی بیبیاں ساری کرتی ہیں انہیں جنابے والی تبا بھی پیا سی وہ لیا کے اسے پتھر کے اتنے منہ چما رہے وہ رات سن نیڑیاں سن وہ سویرے اٹھیا جدو نماز کے واسطے اس اچھا ماریا چنگا رگڑ کے اس کے سبحان اللہ جا کھڑی رات ہے تو سویرے نور ہی نور ہو جانا اس تبے تین چنگی طرح جدو ہاتھ مارے تو اس پہ جناب کیتا سویرے جدو اس بیوی نے کہا کہ اس اٹھ ہوتا کہ پرا ودا کام بھی کر کوئی کسی پاس صاحب بھی لین دے کہ اس کا پھر سو گئی پر مینوں یہ دس ذرا ویکھ کے کہ میرے چہرے تے نور آیا کہ نہیں نور کالا تو پھر تو بدل پہ آدھے جی تھی چیٹا تو پھر اگلا بھی گیا جنہ تک نکل گیا نا پلے کچھ نہیں جنہ کا اندر بھی کالا باہر بھی کالا انہوں نے اب تک نبی نے نور کی سمجھ نہیں آ سکی بندی ہے ہاں ہاں
ਨੂੰ ਗਵਾਰਾ ਹੀ ਨਹੀਂ, ਇਹ ਖੁਦਾ ਨੂੰ ਗਵਾਰਾ ਹੀ ਨਹੀਂ, ਉਹਦੇ ਮਹਿਬੂਬ ਦੇ ਮਿਲਾਦ ਦੀ ਮਹਿਫਲ ਵਿੱਚ ਕੋਈ ਆਵੇ ਤੇ ਉਹਦੀ ਕੁਦਰਤ ਦੀ ਗੈਰਤ ਨੂੰ ਤੇ ਗਵਾਰਾ ਹੀ ਨਹੀਂ, ਉਹਦੇ ਹਬੀਬ ਦੇ ਮਿਲਾਦ ਦੀ ਮਹਿਫਲ ਵਿੱਚ ਕੋਈ ਆਵੇ ਤੇ ਖਾਲੀ ਤੋਂ ਬਸ ਤੇਰੀ ਮੇਰੀ ਸਦਾ ਇੱਕ ਫਰਕ ਹੈ, ਮਦੀਨਾ ਦੀ ਤਾਜਦਾਰ ਦੀ ਅਤਾਇਜ ਕੋਈ ਫਰਕ ਨਹੀਂ। ਇਹ ਸੀ ਜਸ਼ਨ ਮਿਲਾਦ, ਇੱਕ ਜੁਮਲਾ ਮਕਸਦ ਮਿਲਾਦ ਤੇ ਟੁੱਟੀ ਮਖਲੂਕ ਨੂੰ ਜੋੜਨ ਆਏ, ਇਹਦਾ ਸੌਦਾ ਮੇਰਾ ਅੱਜ ਦੀ ਰਾਤ ਕੀਤਾ। ਯਾ ਅੱਲਾ ਮੈਂ ਤੈਨੂੰ ਵੇਖ ਕੇ ਟੁਰ ਚੱਲਿਆ, ਕਿਸੇ ਉਮਤੀ ਦਾ ਦਿਲ ਕਰੇ ਤੈਨੂੰ ਵੇਖਣ ਮੈਂ ਕਮਲੀ ਵਾਲਿਆਂ ਨੂੰ ਜਾ ਕੇ ਆਖਦੇ ਉਮਤ ਵਿੱਚ ਐਲਾਨ ਕਰਦੇ, ਨਿਮਾਜ਼ ਵਿੱਚ ਖਲੋਣਾ ਤੁਹਾਡਾ ਕੰਮ ਹੈ, ਦੀਦਾਰ ਕਰਾ ਦੇਣਾ ਮੇਰਾ ਕੰਮ ਹੈ। ਵਾਹ ਕਰ ਸਭਾ, ਅਸੀਂ ਕਿਉਂ ਕਰਨੇ ਆ ਆਕਾ ਨਾਲ ਪਿਆਰ ਹੈ, ਬੇਸ਼ੱਕ ਨਾ ਕਿਉਂ ਪੜ੍ਹਨਾ ਕਿ ਆਕਾ ਨਾਲ ਪਿਆਰ ਹੈ, ਅਸੀਂ ਤਕਰੀਰਾਂ ਕਰਦੇ ਤੇ ਕਰਾਂਗੇ ਕਿਉਂ ਕਿ ਆਕਾ ਨਾਲ ਪਿਆਰ ਹੈ, ਤੇ ਨਿਮਾਜ਼ ਕਿਉਂ ਛੱਡੀ ਹਾਏ ਹਾਏ ਹਾਏ, ਉਹ ਚੱਲਿਓ ਸਾਨੂੰ ਤੇ ਆਕਾ ਨਾਲ ਪਿਆਰ ਹੈ ਤੇ ਅਸੀਂ ਤਾਂ ਇਹਨਾਂ ਕੁਝ ਕਰਨੇ ਆ, ਪਰ ਹਜ਼ੂਰ ਨੂੰ ਤੇ ਨਿਮਾਜ਼ ਨਾਲ ਪਿਆਰ, ਬੇਸ਼ੱਕ ਬੇਸ਼ੱਕ ਸੁਭਾਨ ਅੱਲਾ, ਫਰਮਾਇਆ ਨਿਮਾਜ਼ ਮੇਰੀ ਅੱਖਾਂ ਦੀ ਠੰਡਕ ਹੈ, ਅੱਜ ਜਿਵੇਂ ਮਸਜਿਦ ਮਿਲਾਦ ਦੀ ਵਾਰੀ ਭਰੀ ਹੈ ਇੰਜੇ ਹਰ ਨਿਮਾਜ਼ ਦੀ ਵਾਰੀ ਭਰੀ ਹੋਵੇ ਇਨਸ਼ਾਅੱਲਾ। ਆਕਾ ਦੀ ਮੁਹੱਬਤ دین حق کی شرط اول ہے، اگر ہو اس میں خامی تو سب کچھ نامکمل ہے، فرمایا والدی و ما والد تیری ولادت کی بھی قسم ہے تیرے والد کی قسم ہے، اللہ میری اور آپ کی حاضری قبول فرمائے، آمین۔ میں علی شاؤن گجرات اپنے بھائی کا شکریہ ادا کرنا کہ میرا سفر پروگرام بھی پڑھن کے باوجود بڑی محبت میں اپریٹ کیا، صحیح بات یہ ہے ਕਿ ਤੁਹਾਡੇ ਦਿਲ ਰਸੂਲੁੱਲਾ ਦੀ ਮੁਹੱਬਤ ਦੇ ਚਿਰਾਗ ਦਾ ਬਲਬ ਸਨ, ਕਿ ਮੈਂ ਮਹਿਸੂਸ ਕੀਤਾ ਸੀ ਕਿ ਸ਼ਾਇਦ ਮੈਂ 20 ਮਿੰਟ ਵੀ ਨਾ ਬੋਲ ਸਕਾਂ, ਮੈਂ ਤਰ੍ਹਾਂ ਤੈਅ ਇਸ ਵਾਸਤੇ ਮੈਂ ਭਾਈ ਨੂੰ ਤੀਜੀ ਵਾਰੀ ਘੱਲਿਆ ਕਿ ਗਰਮ ਪਾਣੀ ਲਿਆ, ਫਿਰ ਮੈਨੂੰ ਸਮਝ ਆਈ ਕਿ ਇੱਕ ਅੱਗ ਅੰਦਰ ਵੀ ਲੱਗੀ ਹੈ ਕਰ ਰੱਖੇਗੀ ਦੋਸਤਾਂ ਨੇ ਵੀ ਦੁਆ ਇੱਕ ਲੱਕੜੀ ਸ਼ਬਦ ਮਿਲ ਬੈਠਣਾ ਆਪਣੀ ਬਾਗਾ ਸ਼ਕੂਲ ਮਨਪੁਰ ਫਰਮਾਏ ਸਦਾ ਤੇ ਪਾਕ ਦਾ ਸ਼ੁਕਰੀਆ, ਜਾਮੇ ਮਸਜਿਦ ਇੰਤਜ਼ਾਮੀਆਂ ਦਾ ਸ਼ੁਕਰੀਆ, ਇਲਾਕੇ ਦੇ ਵਿੱਚੋਂ ਤੇ ਇਲਾਕੇ ਦੇ ਬਾਹਰੋਂ ਤਸ਼ਰੀਫ ਲਿਆਉਣ ਵਾਲੇ ਬਜ਼ੁਰਗ ਨੌਜਵਾਨ ਔਰ ਬੱਚਿਆਂ ਦਾ ਸ਼ੁਕਰੀਆ, ਅੱਲਾ ਮੇਰੀ ਆਪ ਦੀ ਹਾਜ਼ਰੀ ਕਬੂਲ ਫਰਮਾਏ।